शेरवानी साहब, एक छोटा सा पब्लिक क्वेश्चन है, तो फैसलाबाद च खड़ा जी है कि जी फैसलाबाद के एक स्कूल दे विच हुकूमत पाकिस्तान गुरुद्वारा बना रही है, जबकि एक मुसलमान स्टेट दे विच एक गुरुद्वारे का बनाना हो गया हुकूमती सरपरस्ती के अंदर। इस बारे तुसी की राय रखते हो, एक अहम एज ए जनरल पाकिस्तानी एज ए मुस्लिम की राय रखते? ਇਹਦੇ ਮਨੋ ਸਾਹਿਬ ਦੋ ਇਸ਼ੂ ਨੇ, ਇੱਕ ਡੋਮੈਸਟਿਕ ਡੋਮੈਸਟਿਕ ਜਿਹੜਾ ਇਸ਼ੂ ਹੈ ਉਹ ਮੈਂ ਬਿਲਾ ਕੋਈ ਮੁਬਾਲਗਾ ਰਾਏ ਕਰਾਂਗਾ, ਮੁਸਲਿਮ ਕੰਟਰੀ ਹੈ, ਐਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਮੁਸਲਿਮ ਹੈ, ਕੰਟਰੀ ਮੁਸਲਿਮ ਹੈ, ਅਤੇ ਇਹ ਬਿਲਕੁਲ ਹਕੂਮਤ ਨੂੰ ਚਾਹੀਦਾ ਇਸ ਚੀਜ਼ ਦਾ ਖਿਆਲ ਰੱਖੇ ਕਿ ਤਕਰੀਬਨ 25 ਕਰੋੜ ਆਬਾਦੀ ਹੋ ਗਈ ਹੈ, ਅਤੇ ਇਹਦੇ ਵਿੱਚੋਂ ਸਾਡੀਆਂ ਜਿਹੜੀਆਂ ਕਲਾਇਤਾਂ ਨੇ ਉਹ ਕਿੰਨੀਆਂ ਨੇ, ਨੋ ਡਾਊਟ ਉਹਨਾਂ ਦਾ ਵੀ ਇਹਤਰਾਮ ਕਰਨਾ ਚਾਹੀਦਾ, ਲੇਕਿਨ ਕਿ 25 ਕਰੋੜ ਮੁਸਲਮਾਨਾਂ ਦੇ ਦਿਲਾਂ ਨੂੰ ਦਿਲ ਆਜ਼ਾਰੀ ਕਰਨੀ ਜਾਂ ਉਹਨਾਂ ਦੇ ਜਜ਼ਬਾਤ ਨਾਲ ਖੇਡਣਾ ਬਿਲਕੁਲ ਅੱਛੀ ਗੱਲ ਨਹੀਂ ਹੈ, ਬਲਕਿ ਇਹਦੇ ਵਿੱਚ ਮੁਖਤਲਿਫ ਅਗਰ ਜਿਸ ਤਰ੍ਹਾਂ ਸਾਡੇ ਫਿਰਕੇ ਨੇ, ਅਹਿਲ ਸੁਨਤ ਵਾਲ ਜਮਾਤ ਨੇ, ਆਪਣਾ ਅਹਿਲ ਹਦੀਸ ਨੇ, ਅਹਿਲ ਤਸ਼ੀ ਨੇ, ਜੋ ਬੰਦੀ ਨੇ, ਸਾਰਿਆਂ ਦੇ ਆਲਮਾਂ ਨੂੰ ਇਕੱਠਾ ਕਰਕੇ ਇੱਕ ਮੁਤਫਿਕਾ ਰਾਏ ਕਾਇਮ ਕਰਨੀ ਚਾਹੀਦੀ ਸੀ, ਔਰ ਉਹਨਾਂ ਦੀ ਫਾਈਨਲ ਜਿਹੜੀ ਰਾਏ ਹੁੰਦੀ ਨਾ ਉਹਦੇ ਮੁਤਾਬਕ ਫੈਸਲਾ ਦਿੰਦੇ, ਤਾਂ ਕਿ ਕਿਸੇ ਦੀ ਦਿਲਦਾਰੀ ਨਾ ਹੁੰਦੀ, ਹਰ ਇੱਕ ਕਾਲਮ ਦੀ ਰਾਏ ਦਿੰਦੇ। ਦੂਸਰਾ ਇਸ਼ੂ ਜਿਹੜਾ ਨਾ ਉਹ ਅਗਰ ਮੈਂ ਗੱਲ ਕਰਾਂਗਾ, ਸ਼ਾਇਦ ਐਜ ਏ ਮੁਸਲਿਮ ਕਿਸੇ ਨੂੰ ਮੇਰੀ ਗੱਲ ਚੰਗੀ ਨਾ ਲੱਗੇ, ਲੇਕਿਨ ਇਹ ਹੈ, ਅਗਰ ਮੈਂ ਇੰਟਰਨੈਸ਼ਨਲ ਇਸ਼ੂ ਦੀ ਗੱਲ ਕਰਾਂ ਤਾਂ ਪੂਰੀ ਦੁਨੀਆ ਦੇ ਵਿੱਚ ਮਜ਼ਹਬੀ ਆਜ਼ਾਦੀ ਹੈ। ਮਸਲਨ ਮੈਂ UK ਰਿਹਾ 3-4 ਸਾਲ, USA ਰਿਹਾ 5-6 ਮਹੀਨੇ, ਸ਼ੈਂਗਨ ਦੇ 28 ਕੰਟਰੀ ਨੇ ਉਹਨਾਂ ਵਿੱਚ ਥੋੜ੍ਹਾ ਥੋੜ੍ਹਾ ਰਿਹਾ, ਅਤੇ ਉਹਨਾਂ ਨੇ ਮਜ਼ਹਬੀ ਆਜ਼ਾਦੀ 'ਚ ਦਿੱਤੀ ਹੈ ਕਿ ਮਸਜਿਦ ਵਾਲਾ ਮਸਜਿਦ ਬਣਾ ਸਕਦਾ ਹੈ, ਗੁਰਦੁਆਰਾ ਗੁਰਦੁਆਰਾ ਬਣਾ ਸਕਦਾ ਹੈ, ਔਰ ਜਿਹੜਾ ਕ੍ਰਿਸਚਨ ਨੇ ਉਹ ਗਿਰਜਾ ਬਣਾ ਸਕਦੇ ਨੇ, ਲੇਕਿਨ ਉਹ ਸਪੀਕਰ ਅਲਾਓ ਨਹੀਂ ਉਹਨਾਂ ਕੀਤਾ, ਆਪਣੇ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਆਪਣੇ ਮਜ਼ਹਬ ਦੀ ਉਹ ਇਬਾਦਤ ਕਰ ਸਕਦੇ ਨੇ। ਇਹ ਇੰਟਰਨੈਸ਼ਨਲ ਇਸ਼ੂ ਹੈ, ਐਸਾ ਹੋ ਸਕਦਾ ਹੈ, ਅਤੇ ਇਹਦੇ ਵਿੱਚ ਅਗਰ ਇੰਟਰਨੈਸ਼ਨਲ ਇਸ਼ੂ ਵੇਖਿਆ ਜਾਏ, ਅਪਰੂਵਲ ਲੈ ਕੇ ਗੌਰਮੈਂਟ ਕੋਲ, ਇਹ ਨਹੀਂ ਕਿ ਬਗੈਰ ਕਿਸੇ ਅਪਰੂਵਲ ਤੋਂ ਕੋਈ, ਇਹ ਤਾਂ ਬਿਲਕੁਲ ਨਜਾਇਜ਼ ਹੈ ਨਾ। ਉੱਥੇ ਵੀ ਇਹੀ ਹੈ ਕਿ UK ਦੇ ਵਿੱਚ ਮੈਂ ਵੇਖਿਆ ਅਪਰੂਵਲ ਲੈਣੀ ਪੈਂਦੀ ਹੈ, ਬਕਾਇਦਾ ਅਪਰੂਵਲ, ਗਿਰਜੇ ਵਾਲਾ ਗਿਰਜਾ ਬਣਾ ਲੈਂਦਾ, ਮਸਜਿਦ ਵਾਲਾ ਮਸਜਿਦ ਬਣਾ ਲੈਂਦਾ। ਅਗਰ ਅਸੀਂ ਇਹ ਪਾਕਿਸਤਾਨ ਦੇ ਵਿੱਚ ਅਲਾਓ ਗੌਰਮੈਂਟ ਨਹੀਂ ਕਰਦੀ, ਇਸ ਤਰ੍ਹਾਂ ਅਮੈਰੀਕਾ 'ਚ ਸਾਨੂੰ ਕੋਈ ਮਸਜਿਦ ਨਹੀਂ ਬਣਾਉਣ ਦੇਗਾ, UK 'ਚ ਕੋਈ ਮਸਜਿਦ ਨਹੀਂ ਬਣਾਉਣ ਦੇਗਾ, ਸ਼ੈਂਗਨ ਕੋਈ ਮਸਜਿਦ ਨਹੀਂ ਬਣਾਉਣ ਦੇਗਾ, ਪੂਰੀ ਦੁਨੀਆ 'ਚ ਮੁਸਲਮਾਨ ਛਾਏ ਨੇ, ਠੀਕ ਹੈ ਨਾ, ਇਹਨੂੰ ਤੰਗ ਨਜ਼ਰੀ ਸਮਝੀ ਜਾਏਗੀ, ਠੀਕ ਹੈ ਨਾ। ਇਹਦੇ ਦੋ ਰੁੱਖ ਨੇ, ਹੁਣ ਪਤਾ ਨਹੀਂ ਸਾਡੀ ਗੌਰਮੈਂਟ ਨੇ ਕਿਹੜੇ ਇਸ਼ੂ ਨੂੰ ਅੱਗੇ ਰੱਖਿਆ, ਕਿਹੜੇ ਨੂੰ ਨਹੀਂ ਰੱਖਿਆ, ਠੀਕ ਹੈ ਨਾ। ਸਹੀ, ਬਲਕਿ ਦੁਬਾਰਾ ਇਹ ਰੀਕਨਸਟ੍ਰਕਸ਼ਨ ਕਰਕੇ ਸਾਰੇ ਦੁਬਾਰਾ ਇਹਨੂੰ ਮਤਲਬ ਰਿਵਾਈਜ਼ ਕਰਕੇ ਇਹ ਸਾਰੇ ਆਲਮਾਂ ਤੋਂ ਮਸ਼ਵਰਾ ਕਰਕੇ ਇਹ ਇਸ਼ੂ ਨੂੰ ਹੱਲ ਕੀਤਾ ਜਾ ਸਕਦਾ, ਇਹ ਬਹੁਤ ਜ਼ਿਆਦਾ ਇਸ਼ੂ ਨਹੀਂ ਹੈ, ਕਿਉਂਕਿ ਮਜ਼ਹਬੀ ਆਜ਼ਾਦੀ ਹੋਣੀ ਚਾਹੀਦੀ ਹੈ ਪੂਰੇ ਵਰਲਡ ਦੇ ਵਿੱਚ, ਮਜ਼ਹਬੀ ਆਜ਼ਾਦੀ ਹੈ, ਇਹ ਨਹੀਂ ਕਿ ਇੱਥੇ ਪਾਕਿਸਤਾਨ ਦੀ ਗੱਲ ਹੈ, ਉਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਇਹ ਮਸਲਾ ਕੋਈ ਐਡਾ ਜ਼ਿਆਦਾ ਨਹੀਂ ਹੈ, ਕਿਉਂਕਿ ਮਾਇਨੋਰਟੀ ਜਿਹੜੀ ਹੈ ਪਾਕਿਸਤਾਨ 'ਚ, ਸਾਡੇ ਕ੍ਰਿਸਚਨ ਨੇ, ਸਿੱਖ ਨੇ, ਮੁਸਲਿਮ ਹੋਰ ਜਿਹੜੇ ਸਾਡੇ ਮਾਇਨੋਰਟੀ ਨੇ, ਵਗੈਰ ਮੁਸਲਿਮ ਨੇ, ਉਹਨਾਂ ਨੂੰ ਵੀ ਮੁਕੰਮਲ ਮਜ਼ਹਬੀ ਆਜ਼ਾਦੀ ਹੋਣੀ ਚਾਹੀਦੀ ਹੈ, ਔਰ ਉਹਨਾਂ ਦੇ ਹਕੂਕ ਉਹਨਾਂ ਨੂੰ ਦਿੱਤੇ ਜਾਂਦੇ, ਜਦਕਿ ਜਿਸ ਤਰ੍ਹਾਂ ਸਾਡੇ MNA 'ਚ ਵੀ ਕੋਟਾ, ਤੁਹਾਨੂੰ ਪਤਾ ਗਦਰੀ ਸਾਹਿਬ, MPA 'ਚ ਵੀ ਕੋਟੇ ਨੇ, ਸਾਰੀ ਜਗ੍ਹਾ ਕੋਟੇ ਨੇ, ਅਗਰ ਉਹਨਾਂ ਨੇ ਹਕੂਮਤ ਤੋਂ ਇਜਾਜ਼ਤ ਲਈ ਹੈ ਤਾਂ ਮੇਰਾ ਨਹੀਂ